ਇੱਕ ਗਰੀਬ ਘਰ ਤੋਂ ਭੋਲੀ ਭਾਲੀ ਲੜਕੀ ਏਜੰਟ ਦੇ ਹੱਥੇ ਚੜ ਜਾਂਦੀ ਹੈ। ਏਜੰਟ ਜਿਹੜਾ ਹੈ ਲੜਕੀ ਨੂੰ ਵੱਡੇ ਵੱਡੇ ਸੁਪਨੇ ਦਿਖਾਉਂਦਾ ਹੈ, ਕਹਿੰਦਾ ਹੈ ਇੱਕ ਦੋ ਮਹੀਨਿਆਂ ਦੇ ਵਿੱਚ ਤੇਰੇ ਘਰ ਦੀ ਗਰੀਬੀ ਸ਼ੂ ਮੰਤਰ ਹੋ ਜਾਵੇਗੀ, ਤੈਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ, ਤੇਰੇ ਮਾਪੇ ਤਾਂ ਅੱਗੇ ਤੱਕ ਜਿਹੜਾ ਬੁਢਾਪਾ ਹੈ ਉਹ ਵਧੀਆ ਤਰੀਕੇ ਨਾਲ ਕੱਢੇਗੇ ਅਤੇ ਤੈਨੂੰ ਮਾਸਕਟ ਉਮਾਨ ਦੇ ਵਿੱਚ ਵਧੀਆ ਪਾਰਲਰ ਦੇ ਵਿੱਚ ਨੌਕਰੀ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਤੇਰੇ ਵੀ ਆਪਣੇ ਹਾਲਾਤ ਸੁਧਰਨਗੇ, ਵਧੀਆ ਘਰ ਦੇ ਵਿੱਚ ਤੂੰ ਵਿਆਹ ਹੀ ਜਾਏਗੀ। ਇਹ ਸੁਪਨੇ ਦਿਖਾ ਕੇ ਏਜੰਟ ਨੇ ਲੜਕੀ ਨੂੰ ਵਿਦੇਸ਼ ਭੇਜ ਦਿੱਤਾ, ਪਰ ਜਿਵੇਂ ਹੀ ਲੜਕੀ ਵਿਦੇਸ਼ ਦੇ ਵਿੱਚ ਪਹੁੰਚਦੀ ਹੈ, ਸੁਪਨੇ ਚੂਰ ਚੂਰ ਤਾਂ ਹੁੰਦੇ ਹੀ ਹੈ, ਜ਼ਿੰਦਗੀ ਵੀ ਬਦ ਤੋਂ ਬਦਤਰ ਬਣ ਜਾਂਦੀ ਹੈ। ਇਹ ਉਹਨਾਂ ਲੜਕੀਆਂ ਦੇ ਲਈ ਖਾਸ ਰਿਪੋਰਟ ਹੈ ਜਿਹੜੀਆਂ ਲੜਕੀਆਂ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਇਸ ਵੇਲੇ ਦੁਨੀਆ ਦੇ ਨਾਲ, ਆਪਣੇ ਆਪ ਦੇ ਨਾਲ ਅਤੇ ਹਰ ਕਿਸੇ ਦੇ ਨਾਲ ਲੜ ਰਹੀ ਹੈ ਅਤੇ ਮਿਹਨਤ ਕਰ ਰਹੀ ਹੈ, ਕਿਉਂਕਿ ਕਈ ਵਾਰ ਅਸੀਂ ਆਪਣਾ ਪੂਰਾ ਕੰਮ ਕਰਦੇ ਹਾਂ, ਪੂਰੀ ਮਿਹਨਤ ਲਗਾਉਂਦੇ ਹਾਂ, ਕਈ ਵਾਰ ਕੁਝ ਲੋਕ ਜ਼ਿੰਦਗੀ ਦੇ ਵਿੱਚ ਅਜਿਹੇ ਟੱਕਰ ਜਾਂਦੇ ਨੇ, ਸਾਨੂੰ ਗਲਤ ਰਾਹੀਂ ਪਾ ਦਿੰਦੇ ਨੇ ਅਤੇ ਸਾਡੀ ਜ਼ਿੰਦਗੀ ਨਰਕ ਬਣਾ ਦਿੰਦੇ ਨੇ। ਅਜਿਹਾ ਹੀ ਇਸ ਲੜਕੀ ਦੇ ਨਾਲ ਹੁੰਦਾ ਹੈ। ਇੱਕ ਏਜੰਟ ਦੇ ਭਰੋਸਾ ਕਰਨ ਤੋਂ ਬਾਅਦ ਇਹ ਲੜਕੀ ਟੂਰਿਸਟ ਵੀਜ਼ਾ ਦੇ ਉੱਪਰ ਓਮਾਨ ਚਲੇ ਜਾਂਦੀ ਹੈ, ਜਿੱਥੇ ਲੜਕੀ ਨੂੰ ਵੱਡੇ ਸੁਪਨੇ ਦਿਖਾਏ ਜਾਂਦੇ ਹੈ ਅਤੇ ਕਿਹਾ ਜਾਂਦਾ ਹੈ ਬਿਊਟੀ ਪਾਰਲਰ ਦੇ ਵਿੱਚ ਇੱਕ ਰਿਸਪੈਕਟਡ ਜੋਬ ਕਰਨ ਦਾ ਤੈਨੂੰ ਮੌਕਾ ਮਿਲੇਗਾ। ਜਿਵੇਂ ਹੀ ਇਹ ਲੜਕੀ ਓਮਾਨ ਪਹੁੰਚਦੀ ਹੈ, ਉੱਥੇ ਇਸਦੇ ਸੁਪਨੇ ਚੂਰ ਚੂਰ ਹੋ ਜਾਂਦੇ ਹੈ। ਲੜਕੀ ਨੂੰ ਇੱਕ ਸ਼ੇਖ ਦੇ ਘਰ ਕੰਮ ਕਰਨ ਦੇ ਲਈ ਭੇਜ ਦਿੱਤਾ ਜਾਂਦਾ ਹੈ, ਜਿੱਥੇ ਕਿ ਲੜਕੀ ਨੂੰ ਬੰਧਕ ਬਣਾਇਆ ਜਾਂਦਾ ਹੈ, ਉਸ ਤੋਂ ਕੰਮ ਲੱਖਾਂ ਦਾ ਲਿਆ ਜਾਂਦਾ ਹੈ, ਪਰ ਉਸ ਲੜਕੀ ਨੂੰ ਨਾ ਤਾਂ ਰੋਟੀ ਦਿੱਤੀ ਜਾਂਦੀ ਹੈ ਅਤੇ ਨਾ ਹੀ ਉਸਦਾ ਹਾਲ ਚਾਲ ਪੁੱਛਿਆ ਜਾਂਦਾ ਹੈ। 10 ਦਿਨ ਤਾਂ ਲੜਕੀ ਦੇ ਲਈ ਬਹੁਤ ਵਧੀਆ ਨਿਕਲਦੇ ਆ, ਪਰ 11ਵੇਂ ਦਿਨ ਲੜਕੀ ਦੇ ਨਾਲ ਇਸ ਤਰੀਕੇ ਦੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ ਕਿ ਲੜਕੀ ਦਾ ਕਹਿਣਾ ਹੈ ਕਿ ਮੈਂ ਸ਼ਾਇਦ ਜ਼ਿੰਦਗੀ ਭਰ ਦੇ ਵਿੱਚ ਇਹ ਭੁੱਲ ਨਹੀਂ ਸਕਦੀ ਹਾਂ, ਅਤੇ ਨਾਲ ਹੀ ਉਹਨਾਂ ਲੜਕੀਆਂ ਨੂੰ ਵੀ ਮੈਂ ਹਾਲ ਦੱਸਣਾ ਚਾਹੁੰਦੀ ਹਾਂ ਵਿਦੇਸ਼ਾਂ ਦੇ ਕਿ ਕਿਹੋ ਜਿਹੇ ਨੇ। ਦਰਅਸਲ ਪੰਜਾਬ ਦੇ ਹੁਸ਼ਿਆਰਪੁਰ ਦੀ ਇੱਕ ਲੜਕੀ ਓਮਾਨ ਤੋਂ ਵਾਪਸ ਪਰਤੀ ਹੈ, ਉਹ ਵੀ ਕਿਸਾਨ ਨੇਤਾਵਾਂ ਦੀ ਮਦਦ ਦੇ ਨਾਲ, ਕਿਉਂਕਿ ਜਿਹੜਾ ਠੱਗ ਏਜੰਟ ਸੀ ਉਹ ਉਸਨੂੰ ਧੋਖੇ ਦੇ ਨਾਲ ਓਮਾਨ ਮਸਕਟ ਦੇ ਵਿੱਚ ਭੇਜ ਦਿੰਦਾ ਹੈ। ਭੇਜਦਾ ਉਹ ਨੌਕਰੀ ਕਰਨ ਦੇ ਲਈ ਹੈ, ਪਰ ਉੱਥੇ ਉਸਨੂੰ ਸ਼ੇਖ ਦੇ ਘਰ ਭੇਜ ਦਿੰਦਾ ਹੈ, ਜਿੱਥੇ ਉਸ ਨਾਲ ਬਦਸਲੂਕੀ ਕੀਤੀ ਜਾਂਦੀ ਹੈ, ਉਸਨੂੰ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਨਾਲ ਹੀ ਮਜ਼ਦੂਰਾਂ ਤੋਂ ਵੀ ਵੱਧ ਕੰਮ ਲਿਆ ਜਾਂਦਾ ਹੈ। ਉੱਥੇ ਕਪੂਰਥਲਾ ਦੇ ਵਿੱਚ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੀ ਲੜਕੀ ਦੇ ਆਪਣੀ ਪੂਰੀ ਕਹਾਣੀ ਦੱਸੀ ਹੈ, ਕਿਸ ਤਰੀਕੇ ਦੇ ਨਾਲ ਦਿਹਾੜੀ ਮਜ਼ਦੂਰੀ ਉਸਦੇ ਮਾਪੇ ਕਰਦੇ ਨੇ, ਵਿਦੇਸ਼ ਦੇ ਵਿੱਚ ਜਾ ਕੇ ਉਹ ਆਪਣੇ ਪਰਿਵਾਰ ਦੀ ਜ਼ਿੰਦਗੀ ਵਧੀਆ ਬਣਾਉਣਾ ਚਾਹੁੰਦੀ ਸੀ। ਏਜੰਟ ਦੇ ਜ਼ਰੀਏ 9 ਅਕਤੂਬਰ 2023 ਨੂੰ ਉਸਨੂੰ ਓਮਾਨ ਦੇ ਮਸਕਟ ਸ਼ਹਿਰ ਦੇ ਵਿੱਚ ਭੇਜ ਦਿੱਤਾ ਜਾਂਦਾ, ਜਿੱਥੇ 10 ਦਿਨ ਤਾਂ ਬਿਲਕੁਲ ਸਹੀ ਰਹਿੰਦੇ ਨੇ, ਪਰ 10 ਦਿਨ ਤੋਂ ਬਾਅਦ ਸ਼ੇਖ ਦੇ ਘਰ ਕੰਮ ਕਰਨ ਦੇ ਲਈ ਭੇਜਿਆ ਜਾਂਦਾ ਹੈ, ਅਤੇ ਉੱਥੇ ਹੀ ਏਜੰਟ ਨੇ ਪਾਰਲਰ ਦਾ ਕੰਮ ਕਰਾਉਣ ਦੇ ਲਈ ਭੇਜਿਆ ਸੀ, ਪਰ ਉੱਥੇ ਪਾਰਲਰ ਦੇ ਵਿੱਚ ਨੌਕਰੀ ਤਾਂ ਨਹੀਂ ਮਿਲਦੀ, ਪਰ ਉੱਥੇ ਉਸਨੂੰ ਸ਼ੇਖ ਦੇ ਘਰ ਕੁੱਟ ਕਟਾਪੇ ਦੇ ਲਈ ਭੇਜਿਆ ਜਾਂਦਾ ਹੈ, ਨੌਕਰੀ ਕਰਨ ਦੇ ਲਈ ਨਹੀਂ ਸਗੋਂ ਨੌਕਰ ਬਣਨ ਦੇ ਲਈ ਭੇਜਿਆ ਜਾਂਦਾ ਹੈ, ਅਤੇ ਬੰਧਕ ਬਣਾ ਕੇ ਉਸਨੂੰ ਕਈ ਮਹੀਨਿਆਂ ਤੱਕ ਰੱਖਿਆ ਜਾਂਦਾ ਹੈ, ਬਿਨਾਂ ਖਾਣਾ ਦਿੱਤੇ ਅਤੇ ਬਿਨਾਂ ਪਾਣੀ ਦਿੱਤੇ, ਅਤੇ ਉਸ ਤੋਂ ਬਾਅਦ ਇਹੀ ਕੰਮ ਉਸਦੇ ਨਾਲ ਮਹੀਨਿਆਂ ਤੱਕ ਚੱਲਦਾ ਹੈ, ਜਿਸ ਤੋਂ ਬਾਅਦ ਦੁਖੀ ਹੋ ਕੇ ਜਿਹੜੀ ਲੜਕੀ ਹੈ ਬੜੀ ਮੁਸ਼ਕਿਲ ਦੇ ਨਾਲ ਪਰਿਵਾਰ ਦੇ ਨਾਲ ਸੰਪਰਕ ਕਰ ਪਾਉਂਦੀ ਸੀ, ਕਿਉਂਕਿ ਉਸਨੂੰ ਫੋਨ ਤੱਕ ਵੀ ਨਹੀਂ ਦਿੱਤਾ ਜਾਂਦਾ ਸੀ। ਲੋਹੜੀ ਤੋਂ ਪਹਿਲਾਂ ਉਸਨੇ ਭਾਰਤ ਆਉਣ ਦੀ ਮਦਦ ਮੰਗੀ ਸੀ, ਜਿੱਥੇ ਕਿ ਭਾਰਤੀ ਕਿਸਾਨਾਂ ਦੇ ਵੱਲੋਂ ਉਸਨੂੰ ਮਦਦ ਲਈ ਹੱਥ ਵਧਾਇਆ ਗਿਆ। ਲੜਕੀ ਦਾ ਕਹਿਣਾ ਹੈ ਮੇਰੀ ਮਦਦ ਕਰ ਦਿਉ, ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ, ਕਿਉਂਕਿ ਮੇਰੇ ਹਾਲਾਤ ਬਦ ਤੋਂ ਬਦਤਰ ਹੈ, ਮੈਂ ਆਪਣੇ ਪਰਿਵਾਰ ਦੀ
ਜੋ ਮਦਦ ਕਰਨਾ ਚਾਹੁੰਦੀ ਸੀ ਅਤੇ ਹੁਣ ਲੜਕੀ ਜਿਹੜੀ ਹੈ ਉਹ ਨੇਤਾਵਾਂ ਦੀ ਮਦਦ ਦੇ ਨਾਲ, ਕਿਸਾਨ ਨੇਤਾਵਾਂ ਦੀ ਮਦਦ ਦੇ ਨਾਲ ਵਾਪਿਸ ਭਾਰਤ ਆ ਚੁੱਕੀ ਹੈ। ਪਰ ਲੜਕੀ ਦਾ ਕਹਿਣਾ ਹੈ ਕਿ ਮੈਂ ਅਜਿਹੇ ਏਜੰਟਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਾ ਚਾਹੁੰਦੀ ਹੈ ਕਿਉਂਕਿ ਉੱਥੇ ਲੜਕੀਆਂ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਲੜਕੀਆਂ ਨੂੰ ਧੋਖੇ ਦੇ ਨਾਲ ਬੁਲਾਇਆ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਤੋਂ ਦੇਹ ਵਪਾਰ ਤੱਕ ਦੇ ਧੰਦੇ ਵੀ ਕਰਵਾਏ ਜਾਂਦੇ ਨੇ। ਖਾਸ ਤੌਰ 'ਤੇ ਪੰਜਾਬੀ ਲੜਕੀਆਂ ਦੇ ਨਾਲ ਅਜਿਹੇ ਕਾਰੇ ਏਜੰਟ ਅੱਜ ਕੱਲ੍ਹ ਕਰਵਾ ਰਹੇ ਨੇ ਕਿਉਂਕਿ ਲੜਕੀਆਂ ਜਿਹੜੀਆਂ ਨੇ ਘਰ ਦੀਆਂ ਗਰੀਬੀ ਨੂੰ ਦੂਰ ਕਰਨ ਦੇ ਲਈ ਸੁਪਨੇ ਲੈ ਕੇ ਉਹ ਇਹਨਾਂ ਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਅਰਬ ਕੰਟਰੀਆਂ ਦੇ ਵਿੱਚ, ਵਧੀਆ ਕੰਮ ਮਿਲ ਸਕੇ, ਬਿਊਟੀ ਪਾਰਲਰ ਤੋਂ ਲੈ ਕੇ ਹੋਰ ਕੋਈ ਕੰਮ, ਨੈਣੀ ਦਾ ਕੰਮ ਵੀ ਹੋਵੇ। ਪਰ ਇਹ ਏਜੰਟ ਜਿਹੜੇ ਹੈ ਇਹਨਾਂ ਲੜਕੀਆਂ ਤੋਂ ਗਲਤ ਕੰਮ ਕਰਵਾਉਂਦੇ ਨੇ, ਤਾਂ ਉਹ ਲੜਕੀਆਂ ਸਾਵਧਾਨ ਹੋ ਜਾਣ। ਜਿਹੜੀਆਂ ਲੜਕੀਆਂ ਘਰ ਦੇ ਹਾਲਾਤਾਂ ਨੂੰ ਮਿਹਨਤ ਕਰਨ ਦੇ ਲਈ ਵਿਦੇਸ਼ ਜਾ ਰਹੀਆਂ ਨੇ, ਸਭ ਤੋਂ ਪਹਿਲਾਂ ਪੱਖ ਪੜਤਾਲ ਜਿਹੜੀ ਹੈ ਪੂਰਨ ਤੌਰ 'ਤੇ ਇਹਨਾਂ ਏਜੰਟਾਂ ਦੀ ਕਰ ਲਿਓ। ਅਤੇ ਨਾਲ ਹੀ ਸਭ ਤੋਂ ਜ਼ਰੂਰੀ ਗੱਲ, ਜੇਕਰ ਇਸ ਏਜੰਟ ਦੀ ਫਾਈਲ ਬਿਨਾਂ ਦੇਖੇ ਤੁਸੀਂ ਵਿਦੇਸ਼ ਜਾ ਰਹੇ ਹੋ ਤਾਂ ਸਿੱਧੇ ਤੌਰ 'ਤੇ ਤੁਹਾਡੀ ਜ਼ਿੰਦਗੀ ਨਰਕ ਬਣਨ ਜਾ ਰਹੀ ਹੈ। ਤਾਂ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ, ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇਖ ਸਕਦੇ ਹੋ। ਹੋਰ ਵੱਡੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ।